ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਨੇ ਜਿਹੜਾ ਆਪਣੇ ਕਰਮਚਾਰੀਆਂ ਦੇ ਪ੍ਰੋਵਿਡੈਂਟ ਫੰਡ ਪੈਨਸ਼ਨ ਅਤੇ ਬੀਮਾ ਯੋਗਦਾਨਾਂ ਨੂੰ ਜਿਹੜਾ ਜਮ੍ਹਾਂ ਕਰਨ ਦੇ ਵਿੱਚ ਡਿਫਾਲਟ ਲਈ ਜੁਰਮਾਨੇ ਦੀ ਦਰ ਦੇ ਵਿੱਚ ਜਿਹੜਾ ਉਹਨਾਂ ਨੇ ਬਦਲਾਅ ਕੀਤਾ ਹੈ। ਇਸ ਦੇ ਵਿੱਚ ਦੇਰੀ ਕਰਨ ਵਾਲੇ ਜਿਹੜੇ ਮਾਲਕ ਨੇ ਉਹਨਾਂ ਉੱਤੇ ਜੁਰਮਾਨੇ ਦੀਆਂ ਦਰਾਂ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਪਹਿਲਾਂ ਰੁਜ਼ਗਾਰਦਾਤਾਵਾਂ ਅਤੇ ਇਹ 4 ਸਭ ਤੋਂ ਵੱਧ 25% ਸੀ ਅਤੇ ਪਰ ਹੁਣ ਇਸ ਨੂੰ ਘਟਾ ਕੇ 1% ਜਿਹੜਾ ਪ੍ਰਤੀ ਮਹੀਨਾ ਜਾਂ 12% ਹੈ ਜਿਹੜਾ ਉਹ ਸਲਾਨਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਇਸ ਫੈਸਲੇ ਦੇ ਨਾਲ ਜਿਹੜੀ EPFO ਨੂੰ ਹੈ ਜਿਹੜੀ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲਣ ਦੀ ਜਿਹੜੀ ਉਹ ਉਮੀਦ ਹੈ। ਸ਼ਨੀਵਾਰ ਨੂੰ ਕਿਰਤ ਮੰਤਰਾਲੇ ਦੁਆਰਾ ਜਾਰੀ ਨੋਟੀਫਿਕੇਸ਼ਨ ਦੁਆਰਾ ਰੁਜ਼ਗਾਰਕਰਤਾ ਤੋਂ ਜੁਰਮਾਨਾ 3 ਸਕੀਮਾਂ ਪੈਨਸ਼ਨ ਯੋਜਨਾ, ਕਰਮਚਾਰੀ ਭਵਿੱਖ ਨਿਧੀ ਯੋਜਨਾ ਅਤੇ EPFO ਅਧੀਨ ਕਰਮਚਾਰੀ ਡਿਪੋਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ ਦੇ ਤਹਿਤ ਬਕਾਇਆ ਜਿਹੜਾ ਯੋਗਦਾਨ ਦਾ 1% ਹਰ ਮਹੀਨੇ ਜਾਂ 12% ਹਰ ਸਾਲ ਜਿਹੜਾ ਉਹ ਵਸੂਲ ਕੀਤਾ ਜਾਣਾ। ਜੇਕਰ ਜੁਰਮਾਨੇ ਦੀ ਗੱਲ ਕਰੀਏ ਤਾਂ ਹੁਣ ਤੱਕ 2 ਮਹੀਨਿਆਂ ਦੇ ਵਿੱਚ ਹੈ ਜਿਹੜਾ ਉਹ ਡਿਫਾਲਟ ਅਤੇ 5% ਸਲਾਨਾ ਅਤੇ 2 ਤੋਂ ਵੱਧ ਅਤੇ 4 ਮਹੀਨਿਆਂ ਤੋਂ ਘੱਟ ਸਮੇਂ ਦੇ ਵਿੱਚ ਡਿਫਾਲਟ ਹੈ ਜਿਹੜੇ ਉਹਨਾਂ 'ਤੇ 10% ਜਿਹੜਾ ਜੁਰਮਾਨਾ ਲਗਾਇਆ ਜਾਂਦਾ ਸੀ, ਜਦੋਂ ਕਿ 4 ਮਹੀਨੇ ਤੋਂ ਵੱਧ ਅਤੇ 6 ਮਹੀਨੇ ਤੋਂ ਘੱਟ ਸਮੇਂ ਦੇ ਲਈ 15% ਜੁਰਮਾਨਾ ਜਿਹੜਾ ਉਹ ਤੈਅ ਕੀਤਾ ਗਿਆ ਸੀ। ਜੇਕਰ ਇਹ ਡਿਫਾਲਟ ਜਿਹੜਾ ਹੈ 6 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਸੀ ਅਤੇ ਤਾਂ ਇਹ ਜਿਹੜਾ ਹਰ ਸਾਲ ਜਿਹੜਾ 25% ਤੱਕ ਜੁਰਮਾਨਾ ਲਗਾਇਆ ਜਾਂਦਾ ਸੀ ਅਤੇ ਹੁਣ ਜਿਹੜਾ ਨਵਾਂ ਜੁਰਮਾਨਾ ਨਿਯਮ ਹੈ ਨੋਟੀਫਿਕੇਸ਼ਨ ਮਿਤੀ ਤੋਂ ਲਾਗੂ ਹੋਵੇਗਾ। ਇਸ ਨਵੇਂ ਨਿਯਮ ਦੇ ਤਹਿਤ ਮਾਲਕ ਨੂੰ ਘੱਟ ਜੁਰਮਾਨਾ ਦੇਣਾ ਹੋਵੇਗਾ। ਇਸ ਦੇ ਨਾਲ ਹੀ ਜੇਕਰ 2 ਮਹੀਨੇ ਜਾਂ 4 ਮਹੀਨੇ ਦਾ ਡਿਫਾਲਟ ਹੁੰਦਾ ਤਾਂ ਜੁਰਮਾਨੇ ਦੀ ਜਿਹੜੀ ਰਕਮ ਹੈ ਉਹ ਹਰ ਮਹੀਨੇ 1% ਜਿਹੜੀ ਉਹ ਵੱਧ ਜਾਵੇਗੀ। ਇਸ ਦਾ ਮਤਲਬ ਇਹ ਹੈ ਕਿ ਮਾਲਕ ਦੀ ਜੁਰਮਾਨੇ ਦੀ ਜਿਹੜੀ ਰਕਮ ਹੈ ਉਹ ਦੁੱਗਣੀ ਤੋਂ ਵੀ ਘੱਟ ਹੈ। ਤੁਹਾਨੂੰ ਦੱਸ ਦਈਏ ਨਿਯਮਾਂ ਦੇ ਤਹਿਤ ਮੌਜੂਦਾ ਸਮੇਂ ਦੇ ਵਿੱਚ ਰੁਜ਼ਗਾਰਦਾਤਾ ਦੇ ਲਈ ਹਰ ਮਹੀਨੇ 15 ਤਰੀਕ ਨੂੰ ਜਾਂ ਇਸ ਤੋਂ ਪਹਿਲਾਂ EPFO ਕੋਲ ਆਖਰੀ ਰਿਟਰਨ ਜਿਹੜੀ ਆ ਉਹ ਫਾਈਲ ਉਹ ਜਮ੍ਹਾਂ ਕਰਨੀ ਜਿਹੜੀ ਆ ਉਹ ਲਾਜ਼ਮੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਹੋਣ ਵਾਲੀ ਕਿਸੇ ਵੀ ਦੇਰੀ ਨੂੰ ਡਿਫਾਲਟ ਦੇ ਵਿੱਚ ਜਿਹੜਾ ਉਹ ਸ਼ਾਮਿਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਿਹੜਾ ਜੁਰਮਾਨਾ ਲਾਗੂ ਹੋ ਜਾਵੇਗਾ।